ਗਰੁੱਪ ਵਿੱਚ ਬੈਠੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਖੂਹ ਤੇ ਆ ਤੇ ਮੈਂ ਤੁਹਾਨੂੰ ਅੱਜ ਖੂਹ ਦਾ ਟੂਰ ਕਰਾਉਣਾ ਤੇ ਬਜ਼ੁਰਗ ਸਾਡੇ ਜਿਹੜੇ ਆ ਉਹ ਕਿੱਦਾਂ ਰਹਿੰਦੇ ਸੀਗੇ। ਮੈਨੂੰ ਮੇਰੀ ਹੌਬੀ ਆ ਕਿ ਜਿੱਦਾਂ ਬਜ਼ੁਰਗ ਰਹਿੰਦੇ ਸੀ ਮੈਂ ਉੱਦਾਂ ਰਹਿਣਾ ਚਾਹੁੰਦਾ ਹਾਂ। ਇਹ ਅਮੈਰੀਕਾ ਦੇ ਵਿੱਚ ਮੈਂ ਬੈਠਾ ਇੱਥੇ, ਆਹ ਦੇਖੋ ਇੱਥੇ ਖੂਹ ਬਣਾਇਆ ਆ, ਤੂਤਾਂ ਵਾਲਾ ਖੂਹ ਆ ਜੀ। ਆਹ ਦੇਖੋ ਤੂਤ ਵੀ ਲਾਇਓ ਆ, ਆਹ ਦੇਖੋ ਤੂਤ ਲੱਗੇ ਵਾ ਪੂਰੇ ਐਨ। ਤੇ ਅੱਜ ਤਾਂ ਤੁਹਾਨੂੰ ਮੈਂ ਸਬਜ਼ੀ ਬਾਅਦ 'ਚ ਦਿਖਾਉਣਾ, ਸਾਰੀ ਤਰ੍ਹਾਂ ਦੀ ਸਬਜ਼ੀ ਔਰਗੈਨਿਕ ਸਬਜ਼ੀ ਆ ਸਾਰੀ। ਤੇ ਆਹ ਦੇਖੋ ਹੁਣ ਆਹ ਚੌਂਕਾ ਜੀ, ਅੱਗੇ ਹੁੰਦਾ ਸੀ ਤੂਤ ਦੇ ਲਾਗੇ ਚੌਂਕਾ, ਦੁਪਹਿਰ ਆਉਣੀ ਸ਼ਾਮ ਹੋ ਜਾਣੀ ਤੂਤ ਦੀ, ਅੱਗ ਬਾਲ ਕੇ ਆ ਪਤੀਲੇ 'ਚ ਮੈਂ ਚਾਹ ਰੱਖੀ ਵਾ ਜੀ। ਤੇ ਚਾਹ ਕੁੰਡਾ ਘੋਟਣਾ ਕੋਲ ਆ ਇੱਥੇ ਨਾਲ, ਤੇ ਆ ਭੁਗਣਾ ਪਿਆ ਜੀ। ਤੇ ਚੈਂਟੇ ਦਾ ਪਤਾ ਨਹੀਂ, ਮੈਨੂੰ ਲੱਗਦਾ ਘਰ ਵਾਲੀ ਇੱਕ ਦਿਨ ਮਗਰ ਲੈ ਕੇ ਭੱਜੀ ਸੀ ਚੈਂਟਾ, ਤੇ ਉਹ ਕਿਤੇ ਖੇਤਾਂ 'ਚ ਕਿਤੇ ਡਿੱਗ ਪਿਆ ਹੋਣਾ, ਮੈਂ ਬਾਅਦ 'ਚ ਲੱਭ ਲੈਂਦੇ ਕੋਈ ਗੱਲ ਨਹੀਂ। ਆਹ ਜੀ ਮੰਜਾ ਡਾਇਆ ਦੇਖੋ, ਇਹਦੇ 'ਤੇ ਗੜਬੀ ਅਤੇ ਗਲਾਸ ਰੱਖਿਆ, ਇਹਦੇ ਵਿੱਚ ਮੈਂ ਚਾਹ ਪੈ ਬਹਿ ਕੇ ਪੀਣੀ ਹੈ। ਡੰਡਾ ਕੋਲ ਰੱਖਿਆ ਜੀ, ਦੇਖੋ ਪਾਣੀ ਕੋਲ ਆ, ਲਾਲਟਨ ਆ ਜਿਹੜੀ ਰਾਤ ਜਿੱਦਾਂ ਹੋ ਜਾਣੀ ਲਾਲਟਨ ਜਗਾ ਲੈਣੀ ਆ, ਅਤੇ ਇੱਥੇ ਬਹਿ ਕੇ ਤਸੱਲੀ ਨਾਲ ਬਹਿ ਕੇ ਪੀਣਾ। ਤਾਂ ਆਹ ਤੁਹਾਨੂੰ ਮੈਂ ਕਮਰਾ ਦਿਖਾ ਕੇ ਲਿਆਉਂਦਾ ਮੈਂ ਆਪਣੇ। ਗੱਲ ਕੁਛ ਨਹੀਂ ਸੀਗੀ, ਬਜ਼ੁਰਗਾਂ ਨੇ ਸਿਰਫ ਟਾਈਮ ਆਪਣਾ ਸਲੋਅ ਕੀਤਾ ਸੀ, ਆਪਾਂ ਟਾਈਮ ਬਹੁਤ ਫਾਸਟ ਕਰ ਲਿਆ। ਉਹ ਸਬਰ ਸੰਤੋਖ ਤਾਂ ਸੀ, ਉਹਨਾਂ ਨੇ ਟਾਈਮ ਬਹੁਤ ਸਲੋਅ ਕੀਤਾ ਸੀਗਾ। ਹੁਣ ਅੱਗੇ ਪੈਰ ਕਿੰਨੇ ਹੁੰਦੇ, ਤੜਕਾ ਹੋ ਗਿਆ, ਸਵੇਰਾ ਹੋ ਗਿਆ, ਫਿਰ ਉਸ ਤੋਂ ਬਾਅਦ ਲੋਢਾ ਵੇਲਾ ਹੋ ਗਿਆ। ਹੁਣ ਤਾਂ ਸਵੇਰਾ ਹੁੰਦਾ, ਰਾਤ ਸਿੱਧੀ ਬੈੱਡ 'ਤੇ, ਸਵੇਰਾ ਫਿਰ ਕੰਮ 'ਤੇ। ਆਪਣੀ ਜਿਹੜੀ ਸਪੀਡ ਆ ਬਹੁਤ ਤੇਜ਼ ਆ, ਆਪਣੀ ਸਪੀਡ ਨੂੰ ਹੌਲੀ ਕਰੋ। ਜਿੰਨਾ ਤੁਸੀਂ ਹੌਲੀ ਕਰੋਗੇ ਸਪੀਡ ਨੂੰ, ਉਨੀ ਲਾਈਫ ਸੋਹਣੀ ਹੋਊਗੀ। ਸਿਰਫ ਬਜ਼ੁਰਗਾਂ ਨੇ ਆਪਣੀ ਸਪੀਡ ਸਲੋਅ ਸੀਗੀ, ਤਾਂ ਉਹ ਉਹਨਾਂ ਦੀ ਲਾਈਫ ਬੜੀ ਖੁਸ਼ਹਾਲੀ, ਖੁਸ਼ ਸੀਗੇ। ਖੂਹ ਹੁੰਦਾ ਸੀਗਾ, ਕੋ ਬੰਦੇ ਦੇ ਖੂਹ 'ਤੇ ਰਹਿ ਜਾਣਾ, ਜਨਾਨੀ ਨੇ ਘਰੇ ਕੰਮ ਕਰਨਾ, ਅਤੇ ਇੱਕ ਦੂਜੇ ਨਾਲ ਪਿਆਰ ਵੀ ਬੜਾ ਰਹਿੰਦਾ ਹੁੰਦਾ ਸੀ, ਸ਼ਾਮ ਨੂੰ ਮਿਲਣਾ। ਆਹ ਦੇਖੋ ਜੀ ਨਲਕਾ ਲਾਇਆ ਜੀ, ਆਹ ਨਲਕਾ ਅਮਰੀਕਾ ਦੇ ਵਿੱਚ ਦੇਖੋ, ਇਹ ਪੂਰਾ ਨਲਕਾ ਆ। ਆਹ ਬਾਲਟੀ ਭਰੀਓ ਆ, ਆਹ ਸਵਾਹ ਦੇ ਨਾਲ ਭਾਂਡੇ ਮਾਂਜੀ ਦੇ ਪਿੱਤਲ ਦੇ। ਆਹ ਸਾਬਣ ਪਿਆ ਜੀ, ਆਹ ਦੇਖ ਲਓ ਕੱਪੜੇ ਧੋਣ ਵਾਲਾ ਸਾਬਣ, ਇਹ ਕੇਸੀ ਨਾਈ ਦਾ। ਆਹ ਝਾਵਾਂ ਜਿਹਨੂੰ ਅੱਜ ਰੌਲਾ ਪੈਂਦਾ, ਝਾਵੇਂ ਦਾ ਫੁੱਫੜ ਆ ਜੀ, ਇਹ ਥੋੜ੍ਹਾ ਸੋਲਿਡ ਆ। ਅਤੇ ਆਹ ਜਿਹੜਾ ਹੈਗਾ ਜੀ, ਇਹ ਕੱਪੜੇ ਧੋਣ ਵਾਲਾ ਸਾਬ, ਆਪਣੇ ਨਹਾਉਣ ਵਾਲਾ ਸਾਬਣ ਆ ਜੀ। ਅਤੇ ਇੱਥੇ ਜਿਹੜੀ ਮੈਂ ਇੱਕ ਸਕੂਨ ਦੀ ਜ਼ਿੰਦਗੀ ਜੀਣਾ ਚਾਹੁੰਦਾ, ਆਹ ਪੁਰਾਣੇ ਬਜ਼ੁਰਗਾਂ ਦੇ ਘਰ ਇੱਦਾਂ ਹੁੰਦੇ ਸੀਗੇ, ਕਿੱਦਾਂ ਰਹਿੰਦੇ ਸੀ ਉਹ, ਕੱਚੇ ਮਕਾਨ ਹੁੰਦੇ ਸੀਗੇ। ਰਾਤ ਨੂੰ ਆਹ ਦੀਵੇ ਜਗਾ ਦੇਣੇ ਆ ਸਾਰੇ, ਦੇਖ ਲਓ ਆਲਾ ਹੁੰਦਾ ਸੀ ਇੱਥੇ ਦੀਵਾ ਜਗਾ ਦੇਣਾ। ਅਤੇ ਮੈਂ ਤੁਹਾਨੂੰ ਅੰਦਰੋਂ ਮੈਂ ਆਪਣਾ ਕਮਰਾ ਦਿਖਾਉਣਾ, ਅਤੇ ਆਹ ਦੇਖੋ ਜੀ ਅੰਦਰੋਂ ਸਾਡੇ ਬਜ਼ੁਰਗ ਇੱਦਾਂ ਭਾਂਡੇ ਸਾਂਭ ਕੇ ਰੱਖਦੇ ਆ। ਦੇਖੋ ਆਹ ਹੱਥਾਂ ਦੀ ਬਣਾਈ ਹੁੰਦੀ ਸੀਗੀ, ਅਤੇ ਆਹ ਭਾਂਡੇ ਆ ਜੀ ਸਾਰੇ ਪਿੱਤਲ ਦੇ ਭਾਂਡੇ ਸਾਂਭ ਕੇ ਇੱਦਾਂ ਰੱਖਣੇ। ਉਹਨਾਂ ਨੇ ਖਜ਼ਾਨਾ ਬੜਾ ਇਹ ਸਾਂਭਿਆ, ਮੈਂ ਆਪਣੇ ਵੱਲੋਂ ਬੜਾ ਸਕੂਨ ਆਉਂਦਾ। ਆਹ ਪੀਪਾ ਆ ਜੀ ਆਪਣਾ, ਆਹ ਮੰਜਾ ਆ, ਅਤੇ ਇੱਥੇ ਆਹ ਪੱਖੀ ਪਈ ਆ ਦੇਖੋ ਜੀ, ਪੱਖੀ ਵੀ ਐਨ ਪੂਰਾ ਨਜ਼ਾਰਾ ਦਿੰਦੀ, ਇੱਥੇ ਏ ਸੀ ਦੀ ਲੋੜ ਨਹੀਂ, ਇੱਥੇ ਬਹਿ ਜਾਓ। ਆਹ ਦੇਖੋ ਖਿੜਕੀ, ਇੱਧਰੋਂ ਹਵਾ ਹੁੰਦੀ, ਕਰੋਸ ਹੁੰਦੀ ਆ, ਅਤੇ ਇੱਦਾਂ ਖਿੜਕੀਆਂ ਰੱਖੀਆਂ ਹੁੰਦੀਆਂ ਸੀ। ਆਹ ਹੁੰਦਾ ਸੀ ਦੇਖ ਲਓ ਜੀ, ਆਹ ਝੋਲਾ ਹੁੰਦਾ ਸੀਗਾ, ਇਹ ਲੂਈ ਵਿਟੋਨ ਦਾ, ਜਾਂ ਪਰਾਡਾ ਦੇ ਝੋਲੇ ਚੱਕੀ ਫਿਰਦੇ, ਆਹੀ ਉਹਨਾਂ ਦਾ ਲੂਈ ਵਿਟੋਨ ਪਰਾਡਾ ਦੇ ਝੋਲੇ ਹੁੰਦੇ ਸੀਗੇ। ਆਹ ਦੋ ਚੀਜ਼ਾਂ ਹੁੰਦੀਆਂ, ਇੱਕ ਇੱਧਰ ਬੰਦਿਆਂ ਦੇ ਕੱਪੜੇ ਕੀਲੀ ਹੁੰਦੀ ਸੀ, ਬੰਦਿਆਂ ਨੇ ਆਪਣੇ ਕਲੋਥ ਉਠਾਉਣਾ, ਅਤੇ ਆਹ ਜਨਾਨੀਆਂ ਦਾ ਕਲੋਥ ਉਠਾਉਂਦਾ ਜੀ ਇੱਥੇ ਆਪਣੇ, ਅਤੇ ਆਹ ਪਰਨਾ ਇੱਦਾਂ ਟਾਂਗ ਕੇ, ਇੱਥੇ ਪਾਣੀ ਪਿਆ ਹੋਣਾ ਇੱਧਰਲੇ ਪਾਸੇ, ਅਤੇ ਇੰਨਾ ਕੁ ਸਰਮਾਇਆ ਹੁੰਦਾ ਸੀ, ਬੜਾ ਸਕੂਨ ਸੀ, ਕੋਈ ਲੜਾਈ ਨਹੀਂ ਚੜ੍ਹਾਈ ਨਹੀਂ, ਬੜੇ ਸ਼ਾਂਤੀ ਨਾਲ ਲਾਈਫ ਜੀ ਕੇ ਗਏ ਆ ਉਹ। ਆਹ ਦੇਖੋ ਪਾਣੀ ਬਾਹਰ ਬੀਜਦੇ ਰੱਖਣਾ ਉਹਨਾਂ ਨੇ, ਆਹ ਬੋਰੀ ਹੁੰਦੀ ਸੀ, ਬੋਰੀ ਦੇ ਉੱਤੇ ਵਿੱਚ ਇਹਦੇ ਗੰਢੇ ਜਾਂ ਮਤਲਬ ਉਹ ਰੱਖ ਲੈਣੇ ਆਪਣੇ ਆਲੂ। ਆਹ ਦਾਤੀ ਹੁੰਦੀ ਸੀ ਪੱਕੀ, ਇਹਦਾ ਸਾਗ ਚੀਰ ਲੈਣਾ, ਸਾਗ ਬੀਜ ਲੈਣਾ, ਅਤੇ ਤਿੰਨ ਚੀਜ਼ਾਂ ਦੀ ਲੋੜ ਹੁੰਦੀ, ਇੱਕ ਰੋਟੀ, ਕੱਪੜਾ ਔਰ ਮਕਾਨ, ਉਹਨਾਂ ਕਣਕ ਬੀਜਣੀ, ਮਿੱਠਾ ਗੁੜ ਕੱਢ ਲੈਣਾ, ਠੀਕ ਹੈ ਨਾ। ਅਤੇ ਆਹ ਕੋਪਿਆ ਜੀ ਦੇਖੋ, ਕੋਪ ਵੀ ਬੰਨਿਆ ਪੂਰਾ ਐਨ, ਅਤੇ ਆਹ ਸੰਗਲ ਆ ਜੀ, ਅਤੇ ਆਹ ਜਿੱਦਾਂ ਮੱਝ ਨਾ ਸੰਗਲ ਤੜਾ ਕੇ ਚਲੀ ਗਈ ਆ। ਆਹ ਬੀਜ ਆ ਰੱਖਿਆ ਖਜ਼ਾਨਾ, ਜਿਹੜਾ ਪਰਮਾਤਮਾ ਨੇ ਖਜ਼ਾਨਾ ਇਹਦੇ ਵਿੱਚ ਭਰਿਆ ਆ, ਅਤੇ ਬੀਜ ਗਾਂਹ ਤਿਆਰ ਹੋ ਜਾਂਦਾ, ਇਹ ਗਾਂਹ ਅਤੇ ਗਾਂਹ ਬੀਜ ਚੱਲਦਾ ਰਹਿੰਦਾ। ਆਹ ਫਿਰ ਦੇਖੋ ਬਾਹਰ ਕੀਲੀ, ਅਤੇ ਆਹ ਇੱਦਾਂ ਪੌੜੀ ਹੁੰਦੀ ਸੀਗੀ, ਅਤੇ ਮੈਂ ਤੁਹਾਨੂੰ ਇੱਥੇ ਆਹ ਦੇਖੋ ਕੋਪਿਆ, ਫਿਰ ਆਹ ਕਮਾਦ ਬੀਜਿਆ ਜੀ, ਬਿਲਕੁਲ ਕਮਾਦ ਠੋਕੇ ਬੀਜਿਆ ਆ, ਹੁਣ ਗੁੜ ਕੱਢਣਾ ਆ।
ਤੇ ਗੁੜ ਆਪਣੇ ਹੋਰ ਮਹੀਨੇ ਦੋ ਮਹੀਨੇ ਨੂੰ ਗੁੜ ਕੱਢਾਂਗੇ ਇੱਥੇ ਜਦੋਂ ਮਰਜ਼ੀ ਆਓ ਤੇ ਆਹ ਦੇਖੋ ਆਹ ਮੈਂ ਬੰਨ ਕੇ ਹਟਿਆ ਪਰਸੋਂ ਚੌਥ ਜਾਏ ਤੇ ਆਹ ਕਮਾਦੀ ਬੰਨੀ ਐਨ ਠੋ ਕੇ ਤੇ ਇਹਦਾ ਆਪਾਂ ਹੁਣ ਗੁੜ ਕੱਢਾਂਗੇ ਜੀ ਸਾਰਾ ਤੇ ਮੇਰਾ ਸ਼ੌਂਕ ਇੱਕ ਇਹ ਆ ਕਿ ਮੈਂ ਹਰੇਕ ਤਰ੍ਹਾਂ ਦਾ ਜਿਹੜਾ ਨਾ ਕੀ ਕਹਿੰਦੇ ਆ ਫਰੂਟ ਲਾਇਆ ਹੈ ਜਦੋਂ ਵੀ ਤੁਸੀਂ ਜਿਹੜੇ ਮਰਜ਼ੀ ਮੌਸਮ 'ਚ ਆ ਜਾਓ ਤੁਹਾਨੂੰ ਫਰੂਟ ਇੱਥੇ ਕੁਛ ਨਾ ਕੁਛ ਖਾਣ ਨੂੰ ਮਿਲੂਗਾ ਇਹ ਨਹੀਂ ਜ਼ਰੂਰੀ ਹੈਗਾ ਰੋਟੀ ਜੇ ਕੋਈ ਬੰਦਾ ਆਇਆ ਤਾਂ ਰੋਟੀ ਖਾਣੀ ਇੱਥੇ ਜਦੋਂ ਟਾਈਮ 'ਤੇ ਤੁਸੀਂ ਆਓ ਹਰੇਕ ਤਰ੍ਹਾਂ ਦਾ ਫਰੂਟ ਮਿਲੂਗਾ ਮੈਂ ਤੁਹਾਨੂੰ ਦਿਖਾਉਣਾ ਮਾੜਾ ਜਿਹਾ ਅਤੇ ਇਹੀ ਮੇਰਾ ਹੁੰਦਾ ਫਰੂਟ ਖਾ ਲਓ ਅਤੇ ਆਹ ਦੇਖੋ ਸਬਜ਼ੀ ਆਹ ਭਿੰਡੀਆਂ ਲਾਈਆਂ ਜੀ ਆਹ ਮਰਿੰਗਾ ਆ ਜੀ ਮਰਿੰਗਾ ਤੁਸੀਂ ਗੂਗਲ 'ਚ ਸਰਚ ਕਰਿਓ ਮਰਿੰਗਾ ਜਿਹੜਾ ਆ ਬੜੀ ਵਧੀਆ ਇਹ ਚੀਜ਼ ਆ ਹਾਰਟ ਲਈ ਬਹੁਤ ਵਧੀਆ ਸ਼ੂਗਰ ਨਹੀਂ ਹੁੰਦਾ ਆਹ ਫਲੀਆਂ ਇਹਨੂੰ ਪੈ ਜਾਂਦੀਆਂ ਮੋਰਿੰਗਾ ਪਾ ਕੇ ਗੂਗਲ 'ਚ ਦੇਖੋ ਇਹਦੀ ਵੈਲਿਊ ਕੀ ਆ ਫਿਰ ਤੁਹਾਨੂੰ ਪਤਾ ਲੱਗਣਾ ਆਹ ਭਿੰਡੀਆਂ ਦੇਖੋ ਘਰ ਦੀਆਂ ਮਤਲਬ ਦੇਸੀ ਢੇਰ ਕੋਈ ਸਪਰੇ COVID-19 ਨੇ ਘਰ ਮੇ ਬਿਠਾ ਦਿਆ ਹੈ ਸਾਰੋਂ ਕੋ ਤੋ ਰਾਬਤੇ ਪਹਿਲੇ ਸੇ ਜ਼ਿਆਦਾ ਮਜ਼ਬੂਤ ਹੋਣੇ ਚਾਹੀਏ आप ज़्यादा से ज़्यादा लोगों के घरों को रब्ता करके फ़ोन करके हाल पूछें लोग घरों में बैठे हैं बाद लोग घरों में बैठे हुए हैं तो डिप्रेशन के मरीज़ बन गए हैं कि हम क्या करें हैं तो उनके साथ रब्ते करें उनके हौसला बढ़ाएं और उनकी तरबियत की तरफ तवज्जो दें ठीक जी हजूर